ਹਾਂ ਜੀ, ਤਾਂ ਅੱਜ ਆਪਾਂ ਪੰਜਾਬੀ ਤੋਂ ਇੰਗਲਿਸ਼ ਕੁਝ ਵੋਕੈਬਲਰੀ ਸਿੱਖਦੇ ਹਾਂਗੇ। ਸੋ ਆਪਣੇ ਕੋਲ ਫਰਸਟ ਵਰਡ ਹੈਗਾ ਰੀਤੀ ਰਿਵਾਜ। ਰੀਤੀ ਰਿਵਾਜ ਨੂੰ ਆਪਾਂ ਇੰਗਲਿਸ਼ ਦੇ ਵਿੱਚ ਕਸਟਮਸ ਕਹਿੰਦੇ ਹਾਂਗੇ। ਹਾਂ ਜੀ, ਕਸਟਮਸ ਕਹਿੰਦੇ ਆ। ਨੈਕਸਟ ਆਪਣੇ ਕੋਲ ਵਰਡ ਹੈਗਾ ਸੱਭਿਆਚਾਰ। ਸੱਭਿਆਚਾਰ ਨੂੰ ਆਪਾਂ ਕਹਿੰਦੇ ਹੁੰਦੇ ਹਾਂ ਕਲਚਰ। ਦੈਨ ਆ ਜਾਂਦੀਆਂ ਕਦਰਾਂ ਕੀਮਤਾਂ। ਕਦਰਾਂ ਕੀਮਤਾਂ ਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿੰਦੇ ਹਾਂਗੇ ਮੋਰਲ ਵੈਲਿਊਜ਼, ਜਾਂ ਫਿਰ ਮੋਰਲ ਔਰ ਐਥੀਕਲ ਵੈਲਿਊਜ਼। ਮੋਰਲ ਵੈਲਿਊਜ਼ ਜਿਹੜੇ ਕਿ ਅੱਜ ਕੱਲ੍ਹ ਆਮ ਹੀ ਪੜ੍ਹਾਈਆਂ ਜਾਂਦੀਆਂ ਨੇਗੀਆਂ ਮੋਰਲ ਸਾਇੰਸ ਸਬਜੈਕਟ ਦੇ ਵਿੱਚ, ਜਿਹਦੇ ਵਿੱਚ ਕਿ ਮੈਨਰਸ ਇੰਕਲੂਡ ਹੋ ਜਾਂਦੇ ਆ, ਹੋਰ ਵੀ ਚੀਜ਼ਾਂ ਇੰਕਲੂਡ ਹੋ ਜਾਂਦੀਆਂ। ਨੈਕਸਟ ਆਪਣੇ ਕੋਲ ਵਰਡ ਹੈਗਾ ਇਤਿਹਾਸਿਕ। ਇਤਿਹਾਸਿਕ ਨੂੰ ਆਪਾਂ ਕਹਿੰਦੇ ਹਾਂ ਹਿਸਟੋਰੀਕਲ। ਦੈਨ ਆਪਣੇ ਕੋਲ ਲਾਸਟ ਵਰਡ ਆ ਗਿਆ ਪੂਰਵਜ। ਪੂਰਵਜ ਜਿਹੜੇ ਕਿ ਆਪਣੇ ਪੁਰਾਣੇ ਲੋਕ ਹੁੰਦੇ ਆ, ਉਹਨਾਂ ਨੂੰ ਆਪਾਂ ਕਹਿੰਦੇ ਹਾਂਗੇ ਐਨਸੈਸਟਰਸ। ਆਈ ਹੋਪ ਯੂ ਲਾਈਕ ਦ ਵੀਡੀਓ। ਪਲੀਜ਼ ਸ਼ੇਅਰ, ਸਬਸਕ੍ਰਾਈਬ।